ਹਰਾਨੀ ਇਸ ਗੱਲ ਦੀ ਹੈ ਕਿ ਕਈ ਪਿਛਲੇ ਕਾਂਗਰਸ ਦੀ ਸਰਕਾਰ ਦੇ ਦੌਰਾਨ ਕੈਪਟਨ ਅਮਰਿੰਦਰ ਸਿੰਘ ਦੇ ਸਰਕਾਰ ਦੇ ਦੌਰਾਨ ਸੀਬੀਆਈ ਕੋਰਟ ਨੇ ਚਾਰ ਪੁਲਿਸ ਅਫਸਰ ਜਿਨ੍ਹਾਂ ਨੇ ਫੇਕ ਇਨਕਾਊਂਟਰ ਕਰਕੇ ਨੌਜਵਾਨ ਆਪਣੇ ਬੱਚੇ ਮਾਰੇ ਸੀ ਉਹਨਾਂ ਨੂੰ ਉਮਰ ਕੈਦ ਦਿੱਤੀ ਤੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਉਹਨਾਂ ਨੂੰ ਮਤਲਬ ਸਾਲ ਵੀ ਨਹੀਂ ਜੇਲ੍ਹ ਕਟਾਇਆ ਉਹਨਾਂ ਨੂੰ ਛੜਾ ਛੜਤਾ ਸੀ ਮਿਸਟਰ ਸੁਖਵੀਰ ਬਾਦਲ ਅੱਜ ਤੱਕ ਲੱਗਦਾ ਸੀ ਕਿ ਤੇਰੇ ਪਿਤਾ ਸ਼੍ਰੀ ਹੀ ਝੂਠ ਬੋਲਣ ਦੇ ਵਿੱਚ ਬਹੁਤ ਮਾਹਰ ਨੇ ਪਰ ਤੁਸੀਂ ਤੇ ਉਹਨਾਂ ਨੂੰ ਵੀ ਪਾਰ ਕਰ ਗਏ ਇਹ ਨਰੋਲ ਝੂਠ ਕੋਹਰਾ ਝੂਠ ਕਿ ਕੈਪਟਨ ਸਰਕਾਰ ਨੇ 4 ਯੂਪੀ ਦੇ ਪੁਲਿਸ ਅਫਸਰ ਰਿਲੀਜ਼ ਕੀਤੇ ਕੋਹਰਾ ਝੂਠ ਰეკਮੈਂਡੇਸ਼ਨ ਕੀਤੀ ਸਰਕਾਰ ਕੀ ਦੀ ਸੀ ਪ੍ਰਕਾਸ਼ ਸਿੰਘ ਬਾਦਲ ਦੀ ਸੁਖਵੀਰ ਸਿੰਘ ਬਾਦਲ ਹੋਮ ਮਿਨਿਸਟਰ ਡਿਪਟੀ ਹੋਮ ਡਿਪਟੀ ਸੀਐਮ ਰეკਮੈਂਡੇਸ਼ਨ ਸੁਖਵੀਰ ਸਿੰਘ ਬਾਦਲ ਦੇ ਸਾਈਨਾਂ ਨਾਲ ਹੋਈ ਉਹ ਰਾਸ਼ਟਰਪਤੀ ਕੋਲ ਗਈ ਪਹਿਲਾਂ ਰਾਜਪਾਲ ਕੋਲ ਗਈ ਫਿਰ ਰਾਸ਼ਟਰਪਤੀ ਕੋਲ ਗਈ ਕਿ ਠੀਕ ਆ ਕਿ ਉਹ ਰੀਲੀਜ਼ ਹੋਏ ਹੋਣਗੇ ਕੈਪਟਨ ਸਰਕਾਰ ਦੇ ਸਮੇਂ ਲੇਕਿਨ ਰეკਮੈਂਡੇਸ਼ਨ ਉਹਨਾਂ ਨੂੰ ਛੱਡਣ ਲਈ ਜਿਹੜੀ ਸ਼ਿਫਾਰਿਸ਼ ਕੀਤੀ ਉਹ ਸੁਖਵੀਰ ਬਾਦਲ ਨੇ ਕੀਤੀ ਇਹ ਡਾਕੂਮੈਂਟ ਨੇ ਇਹ ਸਰਕਾਰੀ ਡਾਕੂਮੈਂਟ ਨੇ ਇਹਨਾਂ ਨੂੰ ਕੋਈ ਛੱਡਾ ਨਹੀਂ ਸਕਦਾ ਤੁਸੀਂ ਝੂਠ ਬੋਲ ਰਹੇ ਹੋ ਇਹ ਕੋਰਾ ਝੂਠ ਹੈ ਕੋਰਾ ਝੂਠ ਬੱਚਾ ਗਰੀਬ ਸਿੱਖ ਮਾਰਿਆ ਗਿਆ ਮਾਰਿਆ ਯੂਪੀ ਪੁਲਿਸ ਨੇ ਇੱਕ ਇੱਕ ਸਪਾਈ ਪੰਜਾਬ ਪੁਲਿਸ ਦਾ ਉਹਨਾਂ ਉਹਨਾਂ ਬੱਚਾ ਮਾਰ ਦਿੱਤਾ ਉਹਨਾਂ ਦੀ ਸ਼ਿਕਾਇਤ ਹਾਈ ਕੋਰਟ 'ਚ ਹੋਈ ਹਾਈ ਕੋਰਟ ਨੇ ਸੀਬੀਆਈ ਨੂੰ ਕੇਸ ਦਿੱਤਾ ਸੀਬੀਆਈ ਨੇ ਉਹਨਾਂ ਨੂੰ ਸਜ਼ਾ ਦਵਾਤੀ ਕਿ ਇਹਨਾਂ ਨੇ ਕਾਊਂਟਰ ਕਰਤਾ ਉਹ ਚਾਰ ਪੁਲਿਸ ਅਫਸਰਾਂ ਦੀ ਸ਼ਿਪਾਰਿਸ਼ ਤੁਸੀਂ ਜੋਗੀ ਦੇ ਕਹਿਣ ਤੇ ਜਾਂ ਆਪਣੇ ਆਕਾ ਦੇ ਕਹਿਣ ਤੇ ਕੀਤੀ ਤੁਸੀਂ ਛੜਾਇਤ ਸ਼ਿਪਾਰਿਸ਼ ਤੁਹਾਡੇ ਸਾਈਨਾਂ ਨਾਲ ਨੇ ਔਰ ਤੁਸੀਂ ਸਰਕਾਰ ਜਾਂਦੀ ਜਾਂਦੀ ਦੇ ਸਮੇ ਇਹ ਵੀ ਸ਼ਿਪਾਰਿਸ਼ ਕੀਤੀ ਚਾਰ ਪੁਲਿਸ ਅਫਸਰਾਂ ਨੂੰ ਛੱਡਣ ਦੀ ਔਰ ਤੁਸੀਂ ਰਾਮ ਰਹੀਮ ਦਾ ਉਹ ਕੇਸ ਜਿਹੜਾ ਗੁਰੂ ਗੋਬਿੰਦ ਸਿੰਘ ਦਾ ਲਿਬਾਸ ਪਾ ਕੇ ਉਹਨੇ ਇੱਕ ਇਹ ਬਤਮੀਜੀ ਕੀਤੀ ਸੀ ਉਹ ਵੀ ਤੁਸੀਂ ਵਾਪਸ ਲਿਆ ਉਹ ਤੁਹਾਡੀ ਸਰਕਾਰ ਤੇ ਹੁੰਦੇ ਆ ਤੁਸੀਂ ਵਾਪਸ ਲੈ ਕੇ ਫਿਰ ਤੁਹਾਡੀ ਸਰਕਾਰ ਗਈ ਇਹ ਹੋ ਸਕਦਾ ਹੈ ਕੈਪਟਨ ਤੇ ਹੁੰਦੇ ਆ ਉਹ ਰਿਲੀਜ਼ ਹੋਏ ਨੇ ਲੇਕਿਨ ਰეკਮੈਂਡੇਸ਼ਨ ਤੁਹਾਡੀ ਆ ਤੁਸੀਂ ਝੂਠ ਮਤ ਬੋਲੋ ਸੁਪਰੀਮ ਕੋਰਟ ਚ ਕੇਸ ਚੱਲ ਰਿਹਾ ਹੈ ਸੁਪਰੀਮ ਕੋਰਟ ਨੇ ਲਗਾਤਾਰ 2 ਮਹੀਨੇ ਹੋ ਗਏ 3 ਮਹੀਨੇ ਹੋ ਗਏ ਮਹੀਨੇ ਮਹੀਨੇ ਦੀ ਡੇਟ ਦੇ ਕੇ ਸਰਕਾਰ ਸੈਂਟਰ ਸਰਕਾਰ ਨੂੰ ਕਹਿ ਰਿਹਾ ਫੈਸਲਾ ਕਰਨ ਵਾਸਤੇ ਨਹੀਂ ਕਰ ਰਹੀ ਉਧਰ ਕੇਜਰੀਵਾਲ ਸਰਕਾਰ ਫਾਈਲ ਪ੍ਰੋਫੈਸਰ ਭੁੱਲਰ ਸਾਹਿਬ ਦੀ ਥੱਲੇ ਰਕਾਈ ਲੁਕੋਈ ਬੈਠੇ ਆ ਮੀਟਿੰਗ ਨਹੀਂ ਕਰਦੇ ਤੇ ਜੀ 1 ਮਿੰਟ ਦਾ ਕੰਮ ਹੈ ਕੇਜਰੀਵਾਲ ਮੁੱਖ ਮੰਤਰੀ ਦਾ 1 ਮਿੰਟ ਦਾ ਕੰਮ ਹੈ ਤੇ ਅੱਜ ਪ੍ਰੋਫੈਸਰ ਭੁੱਲਰ ਸਾਹਿਬ ਅਗਲੀਸ ਹੋ ਸਕਦੇ ਆ ਪਰ ਨਹੀਂ ਕਿਉਂਕਿ ਇਹ ਨਹੀਂ ਸੋਚ ਹੀ ਬੜੀ ਉਲਟ ਸੋਚ ਆਮ ਆਦਮੀ ਪਾਰਟੀ ਦੀ ਹੈ ਐਸ ਕਰਕੇ ਆਪਾਂ ਸਾਰੀ ਕੌਮ ਆਪਾਂ ਇਕੱਠੇ ਹੋ ਕੇ ਮਿਸ਼ਨ ਬਣਾ ਕੇ ਆਪਾਂ ਆਪਣੀ ਬੰਦੀ ਸਿਕਨੂ ਰਹਾ ਕਰੀਏ ਮਿਸਟਰ ਸੁਖਵੀਰ ਬਾਦਲ ਪੁੱਲਰ ਦੀ ਫਾਸੀ ਦੀ ਸਜ਼ਾ ਚੀਫ ਜਸਟਿਸ ਨੇ ਖਤਮ ਕੀਤੀ ਤੇ ਤੁਹਾਡੇ ਪਿਤਾ ਜੀ ਨੇ ਕਦੀ ਚਿੱਠੀ ਲਿਖੀ ਕਿ ਇਹਦੀ ਫਾਸੀ ਰੱਦ ਕਰੋ ਜਾਂ ਨੂੰ ਰਿਲੀਜ਼ ਕਰੋ ਜਾਂ ਤੁਸੀਂ ਪੁੱਲਰ ਸਾਹਿਬ ਨੂੰ ਪੰਜਾਬ ਦੇ ਵਿੱਚ ਐਂਟਰ ਹੋਣ ਲਈ ਇਜਾਜ਼ਤ ਦਿੱਤੀ ਤੁਹਾਡੀ ਸਰਕਾਰ ਨੇ ਕਿ ਪੰਜਾਬ ਦੀ ਜੇਲ੍ਹ ਚ ਆ ਸਕੇ ਨਹੀਂ ਕਿਸੇ ਨੂੰ ਨਹੀਂ ਦਿੱਤੀ ਤੁਸੀਂ ਮੰਨ ਲਓ ਦਿੱਲੀ ਸਰਕਾਰ ਨੇ ਨਹੀਂ ਛੱਡਿਆ ਪਰ ਤੁਸੀਂ ਦੱਸੋਗੇ ਅੱਜ ਕਿ ਪੁੱਲਰ ਦੇ ਪਿਤਾ ਨੂੰ ਕਤਲ ਕਰਨ ਵਾਲਾ ਕੌਣ ਹੈ ਜਿਹੜਾ ਕਾਤਲ ਹੈ ਉਹਨੂੰ ਬਚਾਉਣ ਵਾਲੇ ਕੌਣ ਨੇ ਇਹ ਦੱਸੋਗੇ ਪੁੱਲਰ ਸਾਹਿਬ ਦੀ ਮਾਤਾ ਤੱਕੇ ਖਾਵੇ ਸੁਪਰੀਮ ਕੋਰਟ ਚ ਆਪਣੇ ਪਤੀ ਦੀ ਪੈਰਵਾਹੀ ਕਰਨ ਲਈ ਤੁਹਾਡੇ ਪਿਤਾ ਸ਼੍ਰੀ ਸਪੈਸ਼ਲ ਪੀਪੀ ਦੀ ਪੇ ਦੇ ਕੇ ਗਵਰਨਮੈਂਟ ਦੇ ਪੈਸੇ ਤੇ ਪੁੱਲਰ ਦੇ ਪਿਤਾ ਦੇ ਕਾਤਲ ਨੂੰ ਬਚਾਉਂਦੇ ਨੇ ਸੁਪਰੀਮ ਕੋਰਟ ਚ ਔਰ ਆਪਣਾ ਡੀਜੀਪੀ ਬਣਾਉਂਦੇ ਨੇ ਨਹੀਂ ਬਣਾਇਆ ਤੁਸੀਂ ਮੁਕਰ ਸਕਦੇ ਹੋ ਕਿ ਪੁੱਲਰ ਦੇ ਪਿਤਾ ਦੇ ਕਾਤਲ ਸੁਮੇਧ ਸੈਣੀ ਨੂੰ ਤੇਰੇ ਪਿਤਾ ਸ਼੍ਰੀ ਨੇ ਡੀਜੀਪੀ ਪੰਜਾਬ ਨਹੀਂ ਬਣਾਇਆ ਇਹ ਮੁਕਤ ਸਕਦੇ ਹੋ ਤੁਸੀਂ ਮੁਕਤ ਸਕਦੇ ਹੋ ਤੁਹਾਡੀ ਸਰਕਾਰ ਨੇ ਅਮਰਜੀਤ ਸਿੰਘ ਪਿੰਕੀ ਨੂੰ ਰੀਲੀਫ ਨਹੀਂ ਕੀਤਾ ਰੀਲੀਫ ਨਹੀਂ ਕੀਤਾ ਤੁਹਾਡੀ ਸਰਕਾਰ ਨੇ ਉਹਨੂੰ ਨਹੀਂ ਛੱਡਿਆ ਜਿਹੜਾ ਪਿੰਕੀ ਆਪਣੀ ਬਹਾਦਰੀ ਦੇ ਕਿਸੇ ਰੋਜ਼ ਟੀਵੀ ਤੇ ਦੱਸਦਾ ਉਹ ਅਮਰਜੀਤ ਸਿੰਘ ਕੈਟ ਜਿਹਨੂੰ ਕਹਿੰਦੇ ਨੇ ਪਿੰਕੀ ਉਹਨੂੰ ਤੁਹਾਡੀ ਸਰਕਾਰ ਨੇ ਛੱਡਿਆ ਤੁਹਾਡੇ ਦੋਸਤਾਂ ਨੇ ਕਿਹਨਾਂ ਨਾਲ ਨੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਿੱਖਾਂ ਨੂੰ ਕੀ ਦੱਸਣਾ ਚਾਹੁੰਦੇ ਹੋ ਮਿਸਟਰ ਬਾਦਲ ਇੱਕ ਜਗ੍ਹਾ ਖੜ ਕੇ ਗੱਲ ਹੁੰਦੀ ਹੈ ਦੋ ਪਾਸੇ ਨਹੀਂ ਪੈਰ ਰੱਖੇ ਜਾ ਸਕਦੇ ਉਹ ਸਮਾਂ ਨਿਕਲ ਚੁੱਕਾ ਜਦੋਂ ਤੁਸੀਂ ਦੋ ਪਾਸੇ ਰੱਖ ਸਕਦੇ ਸੀ ਅੱਜ ਤੁਸੀਂ ਪਾਸਾ ਬਦਲ ਨਹੀਂ ਸਕਦੇ ਤੁਹਾਡਾ ਸਮਾਂ ਨਿਕਲ ਚੁੱਕਾ ਤੁਸੀਂ ਸਿੱਖਾਂ ਦੇ ਕਾਤਲ ਅਜ਼ਹਾਰ ਆਲਮ ਨੂੰ ਆਪਣੀ ਪਾਰਟੀ ਦਾ ਵਾਈਸ ਪ੍ਰੈਜ਼ੀਡੈਂਟ ਨਹੀਂ ਬਣਾਇਆ ਜਿਸ ਨੇ 4 ਬੱਚੇ ਗੋਲੀਆਂ ਦਾ ਮਾਰਿਆ ਨਕੋਦਰ ਚ 86 ਚ ਉਹਦੀ ਧਰਮ ਪਤਨੀ ਨੂੰ ਆਪਣਾ ਪਾਰਲੀਮੈਂਟਰੀ ਸੈਕਟਰ ਨਹੀਂ ਬਣਾਇਆ ਆਪਣੀ ਸਰਕਾਰ ਚ ਮੁਕਰ ਸਕਦੇ ਹੋ ਤੁਸੀਂ ਕਿਹੜੇ ਸਿੱਖਾਂ ਦਾ ਪੱਖ ਲੈਂਦੇ ਹੋ ਸਾਨੂੰ ਜਾਣਕਾਰੀ ਦਿਓ ਨਹੀਂ ਤੇ ਝੂਠ ਨਾ ਬੋਲੋ ਐਵੇਂ ਪਲਾਨਿੰਗਾਂ ਬਣਾ ਕੇ ਕੌਮ ਨੂੰ ਗੁੰਮਰਾਹ ਕਰਕੇ ਕੌਮ ਨੂੰ ਕੌਮ ਨੂੰ ਇਹ ਤਾਂ ਦੇ ਕੇ ਦੋਹਾਈ ਦੇ ਕੇ ਪੰਥ ਦੇ ਨਾਂ ਦੀ ਇਕੱਠਿਆ ਨਹੀਂ ਕਰ ਸਕਦੇ ਹੁਣ ਤੁਸੀਂ ਤੁਹਾਡੇ ਪਿਤਾ ਜੀ ਕਰਕੇ ਕਈ ਵਾਰੀ ਮੋਲ ਵਟ ਚੁੱਕੇ ਨੇ ਤੁਸੀਂ ਹੁਣ ਪਲਾਂਗਾ ਇਹ ਰਹਿਣ ਦਿਓ ਤੁਸੀਂ ਹੁਣ ਝੂਠ ਨਾ ਬੋਲੋ ਮਿਸਟਰ ਸੁਖਵੀਰ ਬਾਦਲ ਸਰਕਾਰ ਤੇਰੇ ਪਿਤਾ ਸ਼੍ਰੀ ਪ੍ਰਕਾਸ਼ ਸਿੰਘ ਬਾਦਲ ਦੀ ਬਰਗਾੜੀ ਦੇ ਵਿੱਚ ਜਵਾਰ ਬੁਰਜਵਾਰ ਸਿੰਘ ਵਾਲਾ ਦੇ ਵਿੱਚ ਕੋਟਕਪੂਰੇ ਚ ਜੱਲਿਆਂ ਵਾਲਾ ਬਣਾਇਆ ਤੁਸੀਂ ਔਰ ਗੋਲੀ ਚਲਾਉਣ ਵਾਲੇ ਦੋ ਬੱਚਿਆਂ ਨੂੰ ਵਿੰਨਣ ਵਾਲੇ 100 ਸਿੱਖਾਂ ਨੂੰ 6 ਗੋਲੀਆਂ ਦੇ ਨਾਲ ਜ਼ਖਮੀ ਕਰਨ ਵਾਲਿਆਂ ਨੂੰ ਪੁਲਿਸ ਅਫਸਰਾਂ ਨੂੰ ਕਿਸਨੇ ਬਚਾਇਆ ਉਹਨਾਂ ਦੀ ਪੇਰਵਾਹੀ ਕਿਸਨੇ ਕੀਤੀ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਤੁਹਾਡੇ ਆਪਣੇ ਬਣਾਏ ਕਮਿਸ਼ਨ ਜੋਰਾ ਸਿੰਘ ਨੇ ਜਿਨ੍ਹਾਂ ਨੂੰ ਦੋਸ਼ੀ ਬਣਾਇਆ ਉਹਨਾਂ ਨੂੰ ਤੁਹਾਡੀ ਸਰਕਾਰ ਨੇ ਨਹੀਂ ਬਚਾਇਆ ਤੁਸੀਂ ਸਿੱਖ ਬੱਚਿਆਂ ਨੂੰ ਗੋਲੀਆਂ ਨਾਲ ਸ਼ਾਨ ਨਹੀਂ ਕਰਨ ਵਾਲਿਆਂ ਨੂੰ ਸਰੋਪੇ ਨਹੀਂ ਦਿੱਤੇ ਪ੍ਰਬੰਧਕ ਕਮੇਟੀ ਚੋਂ ਫਿਰ ਉਹਨਾਂ ਦੀ ਪੈਰਵਾਹੀ ਨਹੀਂ ਕੀਤੀ ਤੁਹਾਡੇ ਪਿਤਾ ਜੀ ਨੇ ਇਹ ਨਹੀਂ ਕਿਹਾ ਕਿ ਇਹ ਅਗਿਆਤ ਪੁਲਿਸ ਗੋਲੀਆਂ ਮਾਰ ਗਈ ਹੈ ਸਰਕਾਰ ਤੁਹਾਡੀ ਸਰਕਾਰ ਪੰਜਾਬ ਚੱਲ ਰਹੀ ਹੈ ਪੰਜਾਬ ਪੁਲਿਸ ਨੇ ਗੋਲੀਆਂ ਨਾ ਮਾਰਿਆ ਤੇ ਅਗਿਆਤ ਪੁਲਿਸ ਕਿੱਥੋਂ ਆ ਗਈ ਕਿੰਨਾ ਚਿਰ ਬੇਵਕੂਫ ਬਣਾਓਗੇ ਕੌਮ ਨੂੰ ਹੁਣ ਛੱਡ ਦਿਓ ਸਮਾਂ ਨਿਕਲ ਚੁੱਕਾ ਹੈ ਮੈਂ ਪ੍ਰਧਾਨ ਸਾਹਿਬ ਨੂੰ ਵੀ ਬੇਨਤੀ ਕਰਦਾ ਕਿ ਉਹ ਜਲਦੀ ਤੋਂ ਜਲਦੀ ਮੀਟਿੰਗ ਕਰਨ ਸਾਰੇ ਇਕੱਠੇ ਹੋ ਕੇ ਆਪਾਂ ਪਲਾਨ ਬਣਾਈਏ ਕਿਵੇਂ ਆਪਾਂ ਆਪਣੇ ਬੰਦੀ ਸਿੱਖ ਜਿਹੜੇ ਐਨੇ ਸਾਲਾਂ ਤੋਂ ਜੇਲ੍ਹ 'ਚ ਹੈ ਉਹ ਜਲਦੀ ਤੋਂ ਜਲਦੀ ਰਿਹਾ ਆਪਾਂ ਕਰਾ ਸਕੀਏ ਸਿੰਘਾਂ ਦੇ ਰਿਹਾਈ ਦਾ ਚੇਤਾ ਅੱਜ ਤੁਹਾਨੂੰ ਆਇਆ ਇਸ ਕਰਕੇ ਕਿਆ ਸਰਕਾਰ ਨਹੀਂ ਰਹੀ ਕਿ ਤੁਹਾਨੂੰ ਯਾਦ ਜਿਹੜਾ ਦਵਾਇਆ ਹੈ ਫਾਜ਼ਿਲਕਾ ਤੇ ਲੰਬੀ ਦੇ ਸਿੱਖਾਂ ਨੇ ਦਵਾਇਆ ਤੋਂ ਉਹ ਮੋਦੇ ਮੂੰਹ ਸੁੱਟ ਕੇ ਤੁਹਾਡੇ ਕਾਲੇਦਲ ਨੂੰ ਮੋਦੇ ਮੂੰਹ ਸੁੱਟ ਕੇ ਕੀ ਪਹਿਲਾਂ ਇਸ ਤੋਂ ਪਹਿਲਾਂ ਰਿਹਾਈ ਯਾਦ ਆਈ ਕਦੀ 15 ਸਾਲ ਤੇਰੇ ਪਿਤਾ ਸ਼੍ਰੀ ਚੀਮਨਿਸਟਰ ਪੰਜਾਬ ਰਏ ਉਦੋਂ ਇਹ ਸਾਰੇ ਜੇਲਾਂ 'ਚ ਹੀ ਸਨ ਕਦੀ ਕਿਸੇ ਨੂੰ ਪੰਜਾਬ ਦੀ ਜੇਲ੍ਹ 'ਚ ਐਂਟਰੀ ਦਿੱਤੀ ਕਦੀ ਕਿਸੇ ਨੂੰ ਰਿਟਰਨ 'ਚ ਲਿਖ ਕੇ ਤੇਰੇ ਗੁੱਪ ਪਿਤਾ ਜੀ ਨੇ ਪ੍ਰਕਾਸ਼ ਸਿੰਘ ਬਾਦਲ ਨੇ ਸੈਂਟਰ ਨੂੰ ਕਿਹਾ ਕਿ ਸਾਡੇ ਪੰਜਾਬ ਦੇ ਬੇਛਿੰਦੇ ਨੇ ਸਾਡੇ ਬੱਚੇ ਨੇ ਇਹ ਕੈਦ ਪੂਰੀ ਕਰ ਚੁੱਕੇ ਨੇ ਨਾ ਛੱਡ ਦਿਓ ਕਿ ਕੈਦ ਆਜੀ 28 ਸਾਲ ਲੱਗ ਗਿਆ একদম ਹੋ ਗਏ ਇਸ ਤੋਂ ਪਹਿਲਾਂ 2-3 ਸਾਲ ਪਹਿਲਾਂ ਤੁਹਾਡੀ ਸਰਕਾਰ ਜਦੋਂ ਤੁਸੀਂ ਸਰਕਾਰ ਦੇ ਵਿੱਚ ਸੀ ਉਦੋਂ ਤੱਕ ਤੁਸੀਂ ਕਦੀ ਕੋਈ ਇਚਾਰਾ ਕੀਤਾ ਲਗਾਤਾਰ ਕੋਸ਼ਿਸ਼ਾਂ ਕਰ ਰਿਹਾ ਆਕਾਲੀ ਦਲ ਲਗਾਤਾਰ ਆਕਾਲੀ ਦਲ ਕੋਸ਼ਿਸ਼ਾਂ ਕਿੱਥੇ ਕੋਸ਼ਿਸ਼ ਕੀਤੀ ਕਿਹਦੇ ਲਈ ਕੀਤੀ ਤੁਸੀਂ ਇਹਨਾਂ ਨੂੰ ਬਰਵਾਉਣ ਲਈ ਕੋਸ਼ਿਸ਼ਾਂ ਕੀਤੀਆਂ ਤੋ ਸਿੱਕੇ ਸੇਖ ਨੂੰ ਛੜਾਇਆ ਨਹੀਂ ਅੱਜ ਕਹਾਵਤ ਆ ਨਾ ਦੇਖੋ ਬਿੱਲੀ ਹੱਜ ਨੂੰ ਚੱਲੀ ਲੱਖਾਂ ਚੂਹੇ ਖਾ ਕੇ ਅੱਜ ਤੁਸੀਂ ਹੱਜ ਕਰਨ ਨੂੰ ਤੁਰੇ ਹੋ ਇਹ ਜਿਹੜਾ ਪੰਥ ਬਣ ਕੇ ਤੁਸੀਂ ਸਰਨੇ ਨੂੰ ਆਵਾਜ਼ ਦਿੰਦੀ ਇਹ ਪਹਿਲਾਂ ਵੀ ਕਦੀ ਹੋਇਆ ਸੀ ਸਰਨੇ ਨੇ ਸਟੇਟਮੈਂਟ ਦਿੱਤੀ ਸੀ ਕਿ ਅਸੀਂ ਦਿੱਲੀ ਕਮੇਟੀ ਦੀ ਕ腐ਸ਼ਨ ਖਤਮ ਕਰਨ ਲਈ ਇਕੱਠੇ ਹੋਏ ਹਾਂ ਰਾਜ ਰਿਆ ਜਾਂ ਸਰਨੇ ਦਾ ਜਾਂ ਤੁਹਾਡਾ ਕ腐ਸ਼ਨ ਕੀਤੀ ਕਿਸ ਨੇ ਉਹ ਕ腐ਸ਼ਨ ਖਤਮ ਹੋਗੀ ਫਿਰ ਤਿਆਰੀਆਂ ਟੁੱਟ ਗਈਆਂ ਹੁਣ ਸਰਨਾ ਬੜੇ ਪੋਲੇ ਜੇ ਮੂੰਹ ਨਾਲ ਤੁਹਾਡੇ ਕੋਲ ਵੇਚਾ ਕੇ ਕਹਿੰਦਾ ਕਿ ਮੈਨੂੰ ਪੰਥ ਨੇ ਆਵਾਜ਼ ਮਾਰੀ 23 ਸਾਲ ਬਾਅਦ ਹੁਣ ਅਸੀਂ ਹੱਜ ਕਰਾਂ ਜਾਵਾਂਗੇ ਪਵਿੱਤਰ ਹੋਣ ਜਾਵਾਂਗੇ ਪਾਕਿਸਤਾਨ ਤੋਂ ਇਹ ਸੁਖਵੀਰ ਬਾਦਲ ਜੀ ਇਹ ਚਾਲਾਂ ਹੁਣ ਚੱਲਣੀਆਂ ਨੇ ਸਿੱਖ ਬਹੁਤ ਸਿਆਣੇ ਹੋ ਚੁੱਕੇ ਨੇ ਸੁਪਰੀਮ ਕੋਰਟ ਦਾ ਫੈਸਲਾ ਆ ਚੁੱਕਾ ਕਿ 2 ਮਹੀਨਿਆਂ ਦਾ ਇੱਕ ਟਾਈਮ ਬౌండ్ ਕਰਕੇ ਇਹਨਾਂ ਦੀ ਰਿਹਾਈ ਲਈ ਯਾ ਤੇ ਕੁਛ ਕਰੋ ਨਹੀਂ ਤੇ ਐਸੀ ਕਰਾਂਗੇ ਅੱਜ ਤੁਹਾਨੂੰ ਜਾਗ ਆ ਗਏ ਅੱਜ ਤੁਸੀਂ ਉੱਠ ਖਲੋਤੇ ਪੰਥਕ ਮਸਲਾ ਬਣਾ ਕੇ ਕਮੇਟੀ ਦੀ ਰਾਹੀਂ ਕੌਮ ਨੂੰ ਇਕੱਠਾ ਕਰੋ ਤੇ ਫਿਰ ਤੁਹਾਡੇ ਚਰਨਾਂ 'ਚ ਜੋੜੋ ਤਾਂ ਕਿ ਤੁਸੀਂ ਫਿਰ ਕੌਮ ਦੀ ਬੇੜੀ ਪਰ ਸਮੁੰਦਰ ਦੇ ਵਿੱਚ ਡੋਬ ਸਕੋ ਬਾਦਰ ਸਾਹਿਬ ਹੁਣ ਇਹ ਨਹੀਂ ਗੱਲਾਂ ਹੋਣੀਆਂ ਹੁਣ ਉਹ ਸਮਾਂ ਨਿਕਲ ਚੁੱਕਾ ਸੂਰਜ ਛੁੱਪ ਜਾਵੇ ਉਹ ਦੁਬਾਰਾ ਤਾਂ ਨਹੀਂ ਚੜਦਾ ਉਹ ਡੁੱਬ ਜਾਂਦਾ ਤੇਰੇ ਪਿਤਾ ਸ਼ਰੀਦਾ ਤੇ ਤੇਰਾ ਸੂਰਜ ਹੁਣ ਡੁੱਬ ਚੁੱਕਾ ਇਵੇਂ ਲੱਤਾਂ ਬਾਵਾ ਨਾ ਮਾਰ ਕੌਮ ਨੂੰ ਖੁਆਰ ਨਾ ਕਰ ਅਕਾਲੀ ਦਲ ਨੂੰ ਖੁਆਰ ਨਾ ਕਰ ਆ ਟੀਮ ਬਣੀ ਰਹਿਣ ਦੇ ਕਿਤੇ ਕੌਮ ਦੇ ਕੰਮ ਆਉਗੇ ਇਹ ਹੱਥ ਜੋੜ ਕੇ ਤੈਨੂੰ ਬੇਨਤੀ ਕਰਦਾ ਕੌਮ ਦਾ ਪਿੱਛਾ ਛੱਡ ਦੇ ਦੋਵੇਂ ਪਿਓ ਪੁੱਤ ਕੌਮ ਵੱਜੇਗੀ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤ